ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਚੰਡੀਗੜ੍ਹ। ਦੋਸਤੋ, ਅੱਜ ਬਹੁਤ ਵੱਡੀ ਖਬਰ ਹੈ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਾਣਯੋਗ ਅਦਾਲਤ ਵੱਲੋਂ ਸੁਣਾ ਦਿੱਤੀ ਗਈ ਆ, ਔਰ ਇਸ 'ਤੇ ਅਲੱਗ ਅਲੱਗ ਨੇਤਾਵਾਂ ਦੀਆਂ ਪ੍ਰਤੀਕਿਰਿਆ ਆ ਰਹੀਆਂ ਨੇ। ਔਰ ਚੱਲਦੇ ਹਾਂ ਚੰਡੀਗੜ੍ਹ। ਚੰਡੀਗੜ੍ਹ ਦੇ ਵਿੱਚ ਵਿਨੋਦ ਸ਼ਰਮਾ ਜੀ ਸਾਡੇ ਨਾਲ ਜੁੜੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਵਿਨੋਦ ਜੀ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ? ਲੈ ਕੇ ਸਾਨੂੰ ਕੋਰਟ ਦਾ, ਹਾਈ ਕੋਰਟ ਤੋਂ ਉਮੀਦ ਸੀਗੀ ਕਿ ਸਾਨੂੰ ਇਨਸਾਫ ਮਿਲੇਗਾ। ਇਹ ਜਿਹੜੀ ਸਜ਼ਾ ਹੋਈ ਹੈ ਉਸਦੇ ਵਿੱਚ ਸਾਨੂੰ ਇਨਸਾਫ ਮਿਲਿਆ। ਜਿਹੜੇ ਸਿੱਖ ਜਥੇਬੰਦੀਆਂ ਉਹਨਾਂ ਨੇ ਵੀ ਇਸ ਦੇ ਉੱਤੇ ਇਹ ਕਿਹਾ ਹੈ ਕਿ ਸਾਨੂੰ ਅੱਜ ਇਨਸਾਫ ਮਿਲਿਆ। ਲੇਕਿਨ ਇਹ ਵੀ ਦੱਸ ਦੇਣਾ ਚਾਹੁੰਦਾ, ਸੱਜਣ ਕੁਮਾਰ 30 ਤਰੀਕ ਤੱਕ ਸਿਲੰਡਰ ਕਰਨਗੇ, ਹਜੇ ਉਹ ਇੱਥੇ ਨਹੀਂ ਹੈ। ਉਹ ਸੁਪਰੀਮ ਕੋਰਟ ਵੀ ਜਾ ਸਕਦੇ ਨੇ, ਮਤਲਬ ਸੁਪਰੀਮ ਕੋਰਟ ਜਾਣ ਦਾ ਦਰਵਾਜ਼ਾ ਅਜੇ ਵੀ ਖੁੱਲ੍ਹਾ ਉਹਨਾਂ ਵਾਸਤੇ। ਜੀ ਜੀ ਬਿਲਕੁਲ ਬਿਲਕੁਲ, ਸੁਪਰੀਮ ਕੋਰਟ ਦਾ ਦਰਵਾਜ਼ਾ ਉਹਨਾਂ ਵਾਸਤੇ ਖੁੱਲ੍ਹਾ, 1 ਮਹੀਨੇ ਦੇ ਅੰਦਰ ਅੰਦਰ ਇਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਨੇ। ਔਰ ਵਿਨੋਦ ਜੀ, ਮਤਲਬ ਮਜੀਠੀਆ ਸਾਹਿਬ ਨੇ ਕਿਸ ਲਹਿਜੇ ਦੇ ਵਿੱਚ ਗੱਲ ਕੀਤੀ ਹੈ, ਕਿਉਂਕਿ ਜੇ ਗੱਲ ਕਰੀਏ, ਕਿਉਂਕਿ ਇੰਨੇ ਸਾਲ ਹੋ ਗਏ ਇੰਤਜ਼ਾਰ ਕਰਦਿਆਂ ਨੂੰ। ਜੀ ਇਹ ਮਾਮਲਾ ਕਾਫੀ 34 ਸਾਲ ਤੋਂ ਪੁਰਾਣਾ ਮਾਮਲਾ ਹੈ ਜੀ, 34 ਸਾਲ ਹੋ ਗਏ ਇਸ ਮਾਮਲੇ ਨੂੰ। ਤੇ ਅੱਜ ਜਦੋਂ ਇਹ ਖਬਰ ਆਈ ਮਜੀਠੀਆ ਕੋਲ ਆਈ, ਤੇ ਉਹ ਮੀਡੀਆ ਜਿਹੜੀ ਸੀ ਮਜੀਠੀਆ ਕੋਲ ਜਦੋਂ ਗਈ, ਤੇ ਮਜੀਠੀਆ ਨੇ ਬੋਲਿਆ ਸਾਨੂੰ ਇਨਸਾਫ਼ ਦੀ ਉਮੀਦ ਸੀ, ਸਾਨੂੰ ਅੱਜ ਇਨਸਾਫ਼ ਮਿਲਿਆ ਹੈ, ਅਸੀਂ ਇਸ ਦੇ ਵਿੱਚ ਅਕਾਲੀ ਦਲ ਪੂਰੀ ਤਰ੍ਹਾਂ ਸੰਤੁਸ਼ਟ ਹੈ। ਔਰ ਵਿੱਚੋਂ ਵਿੱਚੋਂ ਡਿਮਾਂਡ ਵੀ ਉੱਠ ਰਹੀ ਸੀ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ, ਅਜੇ ਵੀ ਜ਼ਖਮਾਂ ਵਿੱਚ ਜਿਹੜੀ ਦਰਦ ਹੈ। ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਸੀਗਾ, ਸ਼ਿਕਨ ਸੀਗੀ ਕਿ ਜਿਹੜੀ ਇੰਨੇ ਬੇਗੁਨਾਹ ਦਾ ਕਾਤਿਲ ਬੰਦਾ ਹੈ ਉਸਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀਗੀ। ਫਿਰ ਵੀ ਉਹਨਾਂ ਨੇ ਸੰਤੁਸ਼ਟੀ ਜਤਾਈ ਹੈ ਕਿ ਆਜੀਵਨ ਕਾਰਾਵਾਸ ਵੀ ਸਾਡੇ ਵਾਸਤੇ ਇੱਕ ਸੰਤੁਸ਼ਟੀ ਦੀ ਖਬਰ ਲੈ ਕੇ ਆਇਆ। ਬਹੁਤ ਬਹੁਤ ਮਿਹਰਬਾਨੀ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨਾਲ ਕੀਤੀ ਗੱਲਬਾਤ ਤੁਸੀਂ ਵੀ ਸੁਣ ਸਕਦੇ ਹੋ। ਸਬਸੇ ਪਹਿਲੇ ਤੋ ਪਰਮਾਤਮਾ ਕਾ ਕੋਟਨ ਕੋਟ ਧੰਨਵਾਦ ਕਰਨਾ ਚਾਹਤਾ ਹੂੰ, ਕਿਉਂਕਿ ਕੋਈ 30-34 ਸਾਲ ਕੇ ਬਾਅਦ ਜੋ ਇਨਸਾਫ਼ ਮੰਗ ਰਹੇ ਥੇ, ਜੋ ਇਨਸਾਨੀਅਤ ਕਾ ਇਨਸਾਫ਼ ਮੰਗ ਰਹੇ ਥੀ, ਆਜ ਇਨਸਾਫ਼ ਮਿਲਨੇ ਕਾ ਕਾਮ ਹੁਆ। ਇਸ ਲਈ ਜਹਾਂ ਪਰਮਾਤਮਾ ਕਾ ਸ਼ੁਕਰੀਆ ਅਦਾ, ਉਨਕੇ ਚਰਨੋਂ ਮੇਂ ਸੀਸ ਝੁਕਾ ਕੇ ਉਨਕਾ ਧੰਨਵਾਦ ਕਰਤਾ ਹੂੰ, ਉਧਰ ਹੀ ਜੋ ਜੱਜ ਸਾਹਿਬਾਨ ਨੇ ਜਿਨ੍ਹਾਂ ਇੱਕ ਬਹੁਤ ਹਿਸਟੋਰਿਕ ਫੈਸਲਾ ਦਿਆ ਹੈ, ਆਜ ਲੋਗੋਂ ਕਾ ਵਿਸ਼ਵਾਸ ਕੋਰਟ ਕੀ ਪ੍ਰਣਾਲੀ ਮੇਂ ਬਹੁਤ ਮਜ਼ਬੂਤ ਹੁਆ ਹੈ। ਉਧਰ ਹੀ ਜੋ ਦੇਸ਼ ਕੇ ਪ੍ਰਧਾਨ ਮੰਤਰੀ ਜੀ ਹੈ, SIT ਜਿਨ੍ਹਾਂ ਨੇ ਬਣਾਈ, ਉਨਕਾ ਵੀ ਮੈਂ ਦਿਲ ਕੀ ਗਹਿਰਾਈਓਂ ਸੇ ਹਰ ਪੰਜਾਬੀ ਇੱਕ ਇਨਸਾਨ ਹੋਣੇ ਕੇ ਨਾਤੇ, ਇਨਸਾਫ ਪਸੰਦ ਹੋਣੇ ਕੇ ਨਾਤੇ, ਉਨਕਾ ਸ਼ੁਕਰੀਆ ਅਦਾ ਕਰਤਾ ਹੂੰ ਕਿ ਇਹ SIT ਬਣੀ। ਔਰ ਇਹ SIT ਨੇ ਯੇ ਕੇਸ ਜਾ ਕੇ ਦੁਬਾਰਾ ਰੀਓਪਨ ਕਰਾਏ, ਨਹੀਂ ਤੋ ਆਪਕੇ ਸਭ ਕੇ ਸਾਹਮਣੇ ਹੈ ਕਿ ਕੈਸੇ ਕਾਂਗਰਸ ਪਾਰਟੀ, ਇੰਦਰਾ ਗਾਂਧੀ ਕੀ ਕਾਂਗਰਸ ਪਾਰਟੀ ਨੇ, ਚਾਹੇ ਵੋ ਉਸਕੇ ਬਾਅਦ ਰਾਜੀਵ ਗਾਂਧੀ ਆਏ, ਚਾਹੇ ਸੋਨੀਆ ਗਾਂਧੀ ਆਏ, ਜਾਂ ਆਪ ਰਾਹੁਲ ਗਾਂਧੀ ਆਏ, ਸਭ ਨੇ ਇਸ ਕੋ ਇਨਸਾਫ ਕੇ ਪ੍ਰੋਸੈਸ ਕੋ ਡੀਰੇਲ ਕਰਨੇ ਕੀ ਕੋਸ਼ਿਸ਼ ਕਰੀ। ਆਜ ਜੋ ਹਾਈ ਕੋਰਟ ਕਾ ਆਰਡਰ ਹੈ, ਅਗਰ ਮੈਂ ਵੋ ਪੜ੍ਹ ਕੇ 4 ਲਾਈਨੇ ਸੁਣਾ ਸਕੂੰ, ਦ ਅਕਿਊਜ਼ਡ ਇੰਜੋਇਡ ਪੋਲੀਟੀਕਲ ਪੇਟਰਨੇਜ ਐਂਡ ਇਸਕੇਪ ਟ੍ਰਾਇਲ, ਸਾਫ਼ ਲਫ਼ਜ਼ੋਂ ਮੇਂ ਵੋ ਬਾਤ ਬੋਲਦੀ ਜੋ ਹਰ ਇਨਸਾਨ ਬੋਲਤਾ ਥਾ ਕਿ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲਨਾਥ, HKL ਭਗਤ, ਇਹ ਲੰਬੀ ਲਿਸਟ ਹੈ ਕਾਂਗਰਸ ਲੀਡਰਸ ਕੀ, ਇਨਨੇ 3,000 ਸੇ ਵੀ ਜ਼ਿਆਦਾ ਬੱਚੋਂ ਬੱਚੀਆਂ ਕਾ, ਮਾਵੋਂ ਕਾ,
बुजुर्गों का, हमारे भाइयों का कत्लेआम करा, सबके सामने करा, जला के करा, इज्जत लूटी, और आज तक एक भी कन्विक्शन क्यों नहीं हुई? आज उसी पॉलिटिकल पेट्रोनेज की बात हाई कोर्ट ने भी दोहराई है, इसलिए ये प्लानिंग अब वो दिन दूर नहीं। हाँ, मेरे दिल को और तसल्ली मिलती अगर ये सज्जन कुमार को उम्र कैद के साथ साथ अगर उनको सजाए मौत मिलती, क्योंकि जो काम उन्होंने करा सारा देश का, मैं समझता हूँ शर्म से सिर झुका था इस 84 के दंगों के, वो इंटरनेशनल कम्युनिटीज़ ने इसको कंडेम करा। आज मेरा ये मानना है कि जब ऐसे लोगों को पकड़ा जाएगा तो वो बात स्पष्ट हो जाएगी कि ये प्लानिंग कांग्रेस के दफ्तर में हुई थी, गांधी परिवार ने करी थी, क्योंकि पॉलिटिकल पेट्रोनेज उसकी बार बार जिक्र हो रही है। और शर्म आनी चाहिए जो पंजाब के कांग्रेस के लीडर हैं, जब पंजाब की विधानसभा में सज्जन कुमार, जगदीश टाइटलर, कमलनाथ, HKR भगत को सजा दिलवाने की बात चलती है, तो यहाँ पे लोग उनका को प्रोटेक्ट करने की कोशिश कर। ऐसी हुण तक दी अपडेट, बाकी अपडेट जिवें आउणगी असीं लैके रूबरू हुंदे रहांगे। तुसीं जुड़े रहो एवन पंजाबी TV दे नाल। फॉर न्यू अपडेट्स प्लीज सब्सक्राइब A1 न्यूज़ एंड क्लिक द बेल आइकन।